स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड पक्का फरीदकोट जिला टेणे तो सीधी सड़क आउंदी है दोस्तों, ते पक्के इत्थे चार है, ते चार नंबर पक्का है जिथों वीडियो बना रहे हैं। ये सीरियल वाइज पिंड है, एक नंबर, दो नंबर, तीन, ते ये चार नंबर पक्का। अज दी वीडियो च तीन मझां ते इक गां तुहानूं दिखाउणी है, गां ताजी सूई भी, एक मझ होर दसो ये भी ताजी सूई है, झोटी नूं थोड़ा टाइम होया सूई नूं, ते एक गब्बण मझ है। सो कुल चार नग है, चारां दे विचों जिहड़ा नग तुहानूं चंगा लगेगा डिटेल सारी पुछ दूंगा, इदों अगे तसली आप कर लो, जे आपदी तसली नाल तुसीं खरीद सकदे हो। नंबर बाई दा मैं स्क्रीन उत्ते चलाऊंगा। सो आओ वीर, तो पहलां आपां गां बारे जानकारी लैंदे हां, तोर के तुहानूं दिखावांगे, ते उदों बाद च मझां बारे गल करदे हां। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸ ਦਿੰਦੇ ਵੀਰੇ? ਮੇਰਾ ਨਾਮ ਹਰਜਿੰਦਰ ਸਿੰਘ ਲੱਖੀ ਹੈ। ਠੀਕ ਹੈ ਹਰਜਿੰਦਰ ਬਾਈ, ਵਪਾਰ ਦਾ ਕੰਮ ਆਪਾਂ ਕਰਦੇ ਹਾਂ ਨਾ? ਹਾਂਜੀ ਹਾਂਜੀ, ਇਹਨਾਂ ਦਿਨਾਂ 'ਚ ਬਸ ਹੁਣ ਸਟਾਰਟ ਕਰਤਾ, ਹੁਣ ਸਿਆਲੋ ਸਿਆਲ ਕਰਾਂਗੇ। ਹੁਣ ਸਿਆਲੋ ਸਿਆਲ ਵਪਾਰ ਦਾ ਕੰਮ ਚੱਲਦਾ। ਠੀਕ ਹੈ, ਜਿਹੜੀ ਗਾਂ ਆਪਾਂ ਵੇਚਣੀ ਅੱਜ, ਇਹ ਕਿੰਨਵਾਂ ਸੂਆ? ਇਹ ਦੂਜਾ ਸੂਆ ਸੂਈ, ਇਹਨੂੰ ਅੱਠ ਕੁ ਦਿਨ ਹੋ ਗਏ ਸੂਈ ਨੂੰ। ਦੁੱਧ ਕਿੰਨਾ ਤਿਆਰ? ਦੁੱਧ ਹੁਣ ਹੈਗਾ 16-17, ਤੇ 20 ਕੁ ਪਲੱਸ ਕਰੂਗੀ। 20 ਪਲੱਸ, ਇਹਨਾਂ 20 ਤਾਂ ਦਊਗੀ ਦਊਗੀ। ਠੀਕ ਹੈ, ਕੀ ਰੇਟ ਰੱਖਿਆ ਦਾ ਬਾਈ? ਇਹਦਾ 52,000 ਰੁਪਇਆ ਮੁੱਲ ਕਰਦੇ ਆ, ਕਰਦਾ ਮਾਨ ਤਨ ਮੌਕੇ ਤੇ ਜਿੰਨਾ ਜੋ ਹੋਇਆ। ਠੀਕ ਹੈ, ਬੱਚਾ ਕੀ ਹੈ ਨਾਲ? ਬੱਚਾ ਵੱਛਾ ਮਗਰੋ। ਠੀਕ ਹੈ, ਖੋਲੀ ਬਈ ਤੋਰੀ ਦੋਸਤੋ। ਸਵੇਰ ਵੀਡੀਓ ਬਣਾ ਰਹੇ ਹਾਂ ਤੇ ਚਵਾਈ ਤੋਂ ਪਹਿਲਾਂ ਖਵਾਨਾ ਦੇਖ ਲਓ ਜੀ, 52,000 ਰੇਟ ਹੈ। 16 ਕਿਲੋ ਬੌਲਾ ਹੈਗਾ ਹਫਤੇ ਦੀ ਸੂਈ, ਤਾਂ ਉਮੀਦ ਆ 20 ਕਿਲੋ ਵਾਂਗੂ ਦੁੱਧ ਦੇਊਗੀ। ਬਾ ਮੋੜ ਲਾ ਬਈ, ਇਹ ਵੱਛਾ ਦੋਸਤੋ ਇਸ ਗਾਂ ਦਾ ਜਿਹੜੀ ਤੁਸੀਂ ਹੁਣ ਤੁਰਦੀ ਦੇਖ ਰਹੇ ਹੋ। ਥਣਾ 'ਚ ਅਗਲਿਆਂ 'ਚ ਬਿੱਥੀ ਚੰਗੀ ਹੈ, ਪਿਛਲੇ ਥਣਾਂ ਦੇ ਵਿੱਚ ਬਿੱਥੀ ਠੀਕ ਹੈ, ਪਰ ਅਗਲਿਆਂ ਦੇ ਮੁਕਾਬਲੇ ਥੋੜ੍ਹੀ ਜਿਹੀ ਘੱਟ ਹੈ। ਸੋ ਇੱਦਾਂ ਦਾ ਇਹਦਾ ਢਾਂਚਾ ਹੈ, ਹਵਾਨਾ ਹੈ। ਜਿਹਨੂੰ ਪਸੰਦ ਆਵੇ ਦੋਸਤੋ ਕਾਲਬਾਈ ਨੂੰ ਕਰ ਸਕਦੇ ਹੋ, ਚੰਗੇ ਕੱਦ ਕਾਠ ਦੀ ਗਾਂ। ਇੱਕ ਮੱਝ ਹੈ ਦੋਸਤੋ ਤਾਜ਼ੀ ਸੂਈ ਵੀ, ਬੱਚਾ ਸਾਹਮਣੇ ਇਹਦਾ ਤੁਸੀਂ ਦੇਖ ਸਕਦੇ ਹੋ, ਕੱਟਾ ਜਿਹੜਾ ਬੈਠਾ ਹੋਇਆ। ਮੱਝ ਕਿੰਨਵਾਂ ਸੂਆ ਹਰਜਿੰਦਰ? ਇਹ ਦੂਜਾ ਸੂਆ ਸੂਈ ਹੈ, ਇਹਨੂੰ ਅੱਜ ਹੋ ਗਏ 5 ਦਿਨ ਸੂਈ ਨੂੰ। 5 ਦਿਨ ਹੋਏ ਆ ਸੂਈ ਨੂੰ। ਬੌਲਾ ਕਿੰਨਾ ਕੁ ਦੇ? ਬੌਲਾ ਸਹੀ ਜਿਹੜਾ ਚੋਲਣਾ, ਉਹ 8 ਕਿਲੋ ਤੋਂ ਬੌਲਾ ਤਿਆਰ ਆ। ਵੀ ਪਹਿਲਾਂ ਤਾਂ ਸਾਫ਼ ਹੀ ਨਹੀਂ ਕਰਦੇ ਸੀਗੇ। ਠੀਕ ਹੈ, ਤੇ ਹੁਣ ਕਲੀਅਰ ਕਰਿਆ ਕੱਲ ਦਾ ਵੀ 8 ਕਿਲੋ ਹੈਗਾ। 8 ਕਿਲੋ ਹੈਗਾ, ਬੱਚਾ ਕੱਟਾ ਹੀ ਨਾਲ? ਹਾਂਜੀ, ਕੱਟਾ ਸਰਕਾਰੀ ਸੀਮਨ ਦਾ ਕੱਟਾ, ਜਮਾਂ ਡਿਜ਼ਾਈਨ ਪੂਰੇ ਹੁੰਦੇ ਸਾਰੇ। ਠੀਕ ਹੈ। ਅੱਛਾ, ਇਹਦਾ ਰੇਟ ਕੀ ਸੋਚਿਆ? ਇਹਦਾ ਰੇਟ 65,000 ਰੁਪਇਆ ਕਰਦੇ ਮੈਂ। 65,000? ਹਾਂ ਠੀਕ ਹੈ। ਤੋਰੀਆਂ ਨੂੰ ਮੜਾ, ਚੋਣ ਚਾਂਦ ਦੀ ਬਹੁਤ ਬੋਲਦੀ ਹੈ, ਚਵਾਈ ਦੀ ਨਰਮ ਆ ਦੋਸਤੋ, ਤੇ ਬੰਦ ਹਵਾਨੇ ਦੀ ਹੈ। ਹਵਾਨਾ ਥੋੜਾ ਜਿਹਾ ਅੱਗੇ ਨੂੰ ਵੀ ਵੱਧ ਲੱਗਦਾ। ਥਣਾ 'ਚ ਪਸਮਾ ਤੁਸੀਂ ਦੇਖ ਲਓ, ਕਿਉਂਕਿ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਹਾਂ, ਚਵਾਈ ਤੋਂ ਥੋੜੀਆਂ ਇਹ ਲੇਟ ਹੈ। ਹਵਾਨਾ ਇਹ ਪੱਕੇ ਹਵਾਨੇ 'ਚ ਹੈ। ਥਾਈ ਬਾਈ, ਬੱਚਾ ਬੱਚਾ ਬਹੁਤ ਸੋਹਣਾ ਦੋਸਤੋ ਝੋਟੀ ਨੇ ਪਾਇਆ, ਕੱਟਾ ਹੈ। ਜੇ ਕੱਟੀ ਹੁੰਦੀ ਤਾਂ ਹੋਰ ਫਾਇਦਾ ਹੋਣਾ ਸੀ ਜਿਹੜਾ ਵੀਰ ਖਰੀਦ ਕੇ ਲਿਜਾਂਦਾ, ਕਿਉਂਕਿ ਨੀਲੀ ਰਾਵੀ 'ਚ ਸੋਹਣਾ ਬੱਚਾ ਤਿਆਰ ਹੋਣਾ। ਸਾਰੇ ਵਾਈਟ ਨਿਸ਼ਾਨ ਜਿੱਥੇ ਜਿੱਥੇ ਨੀਲੀ ਰਾਵੀ 'ਚ ਰਿਕਮੈਂਡਡ ਹੈ, ਉਹ ਸਾਰੇ ਪੂਰੇ ਹੈ। ਦਰਮਿਆਨੇ ਕੱਦ ਕਾਠ ਦੀ ਝੋਟੀ, ਦੂਜਾ ਸੂਆ ਦੋਸਤੋ ਇਹ ਸੂਈ ਵੀ ਹੈ। ਥਣਾ ਦਾ ਸਹਿਜ ਅਗਲਾ ਪਿਛਲਾ ਲਗਭਗ ਬਰਾਬਰ ਦਾ, ਅਤੇ 8 ਕਿਲੋ ਦੁੱਧ ਕੰਡੇ ਉੱਤੇ ਤੋਲ ਕੇ ਲੈ ਸਕਦੇ ਹੋ। ਬਾਹਲਾ ਵੱਡਾ ਕੱਦ ਕਾਠ ਨਹੀਂ ਗਾ ਝੋਟੀ ਦਾ, ਪਰ ਦੁੱਧ ਜਿਹੜਾ ਬਾਈ ਦੱਸਦਾ ਵੀ 8 ਕਿਲੋ ਥੋੜ੍ਹੇ ਦਿਨਾਂ ਦੀ ਸੂਈ, 5-7 ਦਿਨਾਂ ਦੀ ਸੂਈ ਤਿਆਰ ਕਰ ਗਈ ਹੈ। ਬਾਕੀ ਸੀਮਨ ਜਿਹੜਾ ਵੀਰ ਖਰੀਦੂਗਾ ਉਹਨੂੰ ਬੇਨਤੀ ਹੋਊਗੀ ਵੀ ਨੀਲੀ ਰਾਵੀ ਭਰਾਉਂਦੇ ਰਹੋ, ਬੱਚੇ ਸੋਹਣੇ ਪਾਉਂਦੀ ਹੈ, ਕੱਟਾ ਜ਼ਰੂਰ ਦੇਖਣ ਵਾਲਾ ਚੰਗੇ ਕਿਸੇ ਸੀਮਨ ਦਾ, ਸਰਕਾਰੀ ਸੀਮਨ ਦਾ ਬਾਈ ਦੱਸਦਾ ਵੀ ਇਹ ਕੱਟਾ। ਇਦੋਂ ਅੱਗੇ ਇੱਕ ਝੋਟੀ, ਇਹਨੂੰ ਥੋੜ੍ਹਾ ਟਾਈਮ ਹੋਇਆ ਸੂਈ ਨੂੰ, ਝੋਟੀ ਇਹ ਕਿੰਨਵਾਂ ਸੂਆ ਸੂਈ? ਇਹ ਪਹਿਲਾ ਸੂਆ ਸੂਈ ਹੈ, ਮਹੀਨੇ ਦੀ ਸੂਈ ਹੈ। ਬੱਚਾ ਹੈਗਾ ਨਾਲ? ਹਾਂਜੀ ਹਾਂਜੀ, ਬੱਚਾ ਹੈਗਾ, ਕੱਟੇ ਦੇ ਬੱਚੇ ਦੇ ਸਹਿਮ ਤਾਂ ਸੀਲ ਠੰਡੀ ਪੂਰੀ ਹੈ। ਠੀਕ ਹੈ, ਬੱਚਾ ਕੱਟਾ? ਕੱਟਾ ਜੀ ਕੱਟਾ। ਦੁੱਧ ਕਿੰਨਾ ਬਾਈ? ਦੁੱਧ ਹੁਣ 6-7 ਕਿਲੋ ਹੀ ਹੈ ਬਾਈ। ਠੀਕ ਹੈ, ਰੇਟ ਕੀ ਰੱਖਿਆ? ਸਾਡੇ ਕੋਲ ਥੋੜ੍ਹੇ ਦਿਨ ਹੀ ਹੋਇਆ, ਇਹਨੂੰ ਵੱਧ ਭਾਵੇਂ ਜਾਵੇ, ਕੋਈ 8 ਕਿਲੋ ਤਾਂ ਕਰੂ ਕੀ ਕਰੂ। ਠੀਕ ਹੈ, ਰੇਟ ਕੀ ਰੱਖਿਆ ਤਾਂ? ਰੇਟ ਇਹਦਾ 45,000 ਰੁਪਇਆ ਕਰਦੇ ਆ, ਬਾਹਲਾ ਮਾਨਤਾ ਨਹੀਂ ਹੋਣਾ ਇਹਦੇ 'ਚ ਯਾਰ ਵੀ। ਸਹੀ ਸਹੀ ਹੈ, ਖੋਲੀ ਬਾਈ ਦੋਸਤੋ। ਅਸਰ ਝੋਟੀਆਂ ਵਾਲਾ ਹੀ ਰੇਟ ਰੱਖਿਆ, 6-7 ਕਿਲੋ ਦੁੱਧ ਹੈਗਾ, ਕੱਟਾ ਨਾਲ ਹੈ, ਮਹੀਨੇ ਕੁ ਦੀ ਸੂਈ ਹੈ, ਚਵਾਈ 'ਚ ਠੰਡੀ ਸੀਲ ਹੈ, ਚੋ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ। 45,000 ਰੇਟ ਹੈ, ਚੰਗੇ ਕੱਦ ਕਾਠ ਦੀ ਹੈ, ਅੱਖਾਂ ਦੋਨਾਂ 'ਚ ਵਾਈਟ ਨਿਸ਼ਾਨ ਹੈਗੇ ਆ, ਢਾਂਚਾ ਕੱਦ ਉਹ ਤੁਸੀਂ ਦੇਖ ਸਕਦੇ ਹੋ। ਹਵਾਨਾ 6-7 ਕਿਲੋ ਹਿਸਾਬ 'ਤੇ ਤੁਸੀਂ ਦੇਖ ਲਓ ਜੀ, ਬਾਕੀ ਦੁੱਧ ਜਿਹੜਾ ਵੀਰ ਖਰੀਦੂਗਾ ਆ ਕੇ ਚੋ ਕੇ ਦੇਖ ਸਕਦਾ। ਚਵਾਈ 'ਚ ਠੰਡੀ ਸੀਲ ਆ, ਬੱਚੇ 'ਤੇ ਮਿਲਦੀ ਹੈ। ਸੋ ਅਸਰ ਝੋਟੀ ਵਾਲਾ ਰੇਟ ਆ ਦੋਸਤੋ, ਅਤੇ ਕੱਦ ਕਾਠ ਝੋਟੀ ਦਾ ਚੰਗਾ, ਜਦੋਂ ਭਰ ਗਈ ਸੋਹਣੀ ਝੋਟੀ ਤਿਆਰ ਹੋ ਜੂਗੀ। ਹਵਾਨਾ ਵੀ ਸਾਫ਼ ਆ ਜਿੰਨਾ ਵੀ ਇਹ ਦਿਖਾਉਂਦੀ ਹੈ, ਇੱਥੋਂ ਹਵਾਨਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਕੁੰਡੇ ਸਿੰਗ ਆ ਦੋਸਤੋ ਦੋਨੇ। ਸੋ ਇਹ ਤੋਂ ਅੱਗੇ ਇੱਕ ਗੱਬਣ ਮੱਝ ਵੀ ਹੈ ਬਾਈ ਕੋਲ,
ਇਹਦੇ ਬਾਰੇ ਵੀ ਪੁੱਛਦੇ ਆਪਾਂ ਡਿਟੇਲ ਤੇ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ। ਜਿਹੜੀ ਇਹ ਮੱਝ ਆ ਬਾਈ ਕਹਿਣਵਾ ਸੂਆ ਸੂ ਇਹ ਵੀਰੇ ਦੂਜਾ ਸੂਆ ਸੂਗੀ ਪਰ ਇਹਦੇ 28-29 ਤਰੀਕ ਨੂੰ ਦਿਨ ਪੂਰੇ 28 ਤਰੀਕ ਨੂੰ ਦਿਨ ਪੂਰੇ ਇਹਦੇ ਹਜੇ 6 ਦਿਨ ਪਏ ਹਲੇ। ਹਾਂ ਠੀਕ ਹੈ, ਦੋ ਚਾਰ ਦਿਨ ਉੱਤੇ ਵੀ ਲਊਗੀ। ਠੀਕ ਹੈ, ਰੇਟ ਕੀ ਕਰਦੇ ਹੋ ਇਹਦਾ? ਰੇਟ ਇਹਦਾ 65,000 ਰੁਪਏ ਦਾ ਲੈਣ ਦੇਣ ਜੇ ਕਰਾਂਗੇ ਯਾਰ, ਮੁੱਲ ਜਿਹੜਾ ਮਰਜ਼ੀ ਕਰੀਏ। ਠੀਕ ਹੈ, ਇਹਨੂੰ ਵੀ ਤੋਰ ਦੇ ਬਾਈ। ਦੋਸਤੋ 65,000 'ਚ ਥੋੜ੍ਹਾ ਬਹੁਤ ਹੀ ਫਰਕ ਪਊਗਾ, 8 ਕੁ ਦਿਨਾਂ ਦੀ ਹਜੇ ਕੱਚੀ ਹੈ। ठीक है जे इस वीडियो ते विकू तो ठीक है नहीं, अगली वीडियो दे विच फिर पशु थोनू दिखावांगे, उस लॉट दे विच थोनू दिखावांगे। हवाना सोहना कढ़ूगी, हजे 6-7 दिन वैसे रहिंदे आ ते कई बार पशु उत्ते 5-5-6-6 दिन लै जांदा, इहदा मतलब हो सकदा वी 10-11 दिन ही लै जाए। सो हवाना उस हिसाब ते चंगा बना जूगी। बस मोड़ लवे बंद। तो यह दूजा सूआ सून वाली मज है, ते बाकी नाग दोस्तों थोनू पहला दिखाते है। जेडी 2 नंबर ते झोटी दिखाई है उदे नाल बच्चा भी थोनू पहला भी दिखाता सीगा, सोहना लगा फिर दिखा देना कट्टा उस झोटी दे नाल। ते एक दोस्तों गऊ दुध 16 किलो तोल के लै लो जी, उम्मीद है 20 किलो नू जाऊगी। रेट 52,000 ते बाकी 3 मज्जां। सो जेड़ा भी पशु थोनू चंगा लगता होवे आके देखो, तसली करो, आपकी तसली के नाल खरीदो। धन्यवाद वीडियो देखने।